ਚੋਰਾਂ ਨੂੰ ਨੀ ਅੜਦੇ ਨੀ ਜਿੰਦੇ ਸੋਹਣਿਆ। ਹਲੇ ਸਾਡੇ ਮਾਸਟਰ ਜੀ ਰਣਜੀਤ ਸਿੰਘ ਜੀ ਪਰਿਵਾਰਕ ਸਕੂਲ ਵਿਸ਼ੇ ਤੌਰ ਤੇ ਪਹੁੰਚੇ ਨੇ। ਥੋੜੇ ਦਿਨ ਹੋਏ, ਛਿੰਝ ਮੇਲਾ ਕਰਵਾਇਆ ਤੇ ਬੜਾ ਆਨੰਦ ਆਇਆ ਤੇ ਉੱਥੇ ਵੀ ਅਸੀਂ ਮੈਕ ਦੇ ਉੱਪਰ ਮਹਾਰਾਜ ਵਾਲੇ ਦਾ ਜ਼ਿਕਰ ਕੀਤਾ ਸੀ ਤੇ ਜੀ ਐਨ ਨੂੰ ਧੰਨਵਾਦ ਸਾਡੇ ਕੰਗ ਪਰਿਵਾਰ ਵੱਲੋਂ, ਨਗਰ ਵੱਲੋਂ ਔਰ ਪਹਿਲਵਾਨਾਂ ਵੱਲੋਂ ਜੀ ਐਨ ਜੀ। ਨਹੀਂ ਉੜੀਸਾ, ਸ਼ਾਨਦਾਰ ਮੁਕਾਬਲਾ ਚੱਲਦਾ ਹੋਇਆ ਕਿ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਥੱਲੇ ਕਾਰੀ ਵਾਲਾ ਮੁੰਡੇ ਨੇ ਰੇਲ ਰੋਕਤੀ ਹੈ ਮੇਰੇ ਸੁੱਟ ਕੇ ਕਿੱਕਰ ਦਾ ਮੁਸ਼ਾ, ਗੱਭਰੂ ਨੇ ਰੇਲ ਰੋਕਤੀ ਹੈ ਮੇਰੇ ਸੁੱਟ ਕੇ ਕਿੱਕਰ ਕਰੋ। ਇਹ ਚੱਲਦਾ ਬੜਾ ਤੇਜ, ਸਮੇਂ ਦੀ ਨਬਜ਼ ਫੜੋ ਕਿ ਸਮੇਂ ਨਾਲ ਹੀ ਕੀਤੇ ਕੰਮ ਚੰਗੇ ਲੱਗਦੇ ਸਭ ਨੂੰ, ਜੇ ਖੁੰਝ ਕੇ ਸਮੇਂ ਤੋਂ ਗਲਤੀ ਨਾਲ ਫਿਰ ਦੋਸ਼ ਦਿਓ ਨਾ ਰੱਬ ਨੂੰ ਕਿ ਮਾੜਾ ਸਮਾਂ ਨਾ ਆਵੇ ਕਿਸੇ ਦਾ। ਦੇਵੋ ਦੁਆਵਾਂ ਸੱਚੀਆਂ, ਆ ਸਮਾਂ ਕਰੇ ਬਰਬਾਦ ਬੰਦੇ ਨੂੰ ਤੇ ਸਮਾਂ ਹੀ ਦੇਵੇ ਤਰੱਕੀਆਂ, ਆ ਸਮਾਂ ਕਰੇ ਬਰਬਾਦ ਬੰਦੇ ਨੂੰ ਸਮਾਂ ਹੀ ਦੇਵੇ ਤਰੱਕੀਆਂ। ਤਗੜਾ ਹੋ ਮੰਨੇ ਪਿਆਰ ਦੇ ਨਾਲ, ਪਿਆਰ ਨਾਲ ਕੁਸ਼ਤੀ ਲੜਨੀ ਹੈ। ਗੱਲ ਕਹਿੰਦੇ ਸੀ ਗੁਰੂ ਮਹਾਰਾਜ ਜੀ ਨੇ ਇੱਕ ਬਾਗ ਦਾ ਪਹਿਲਵਾਨਣਾ, ਇਹ ਬੜੇ ਨਿੱਘੇ ਸੁਭਾਅ ਦਾ ਭਾਵ ਹੋਵੇ ਪਹਿਲਵਾਨਣਾ ਗੁਰੂ ਦੀ ਉਹਦੇ ਤੇ। ਹੈਲੋ ਵੀਰ ਭਰਾਈ, ਹੈਲੋ। ਫਿਰ ਉਹ ਮਨ ਚੜ੍ਹਦੀ ਕਲਾ ਦੇ ਭਰਾਈ ਪਰਾਂ 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 ਸਾਈਡ ਤੇ ਪਹਿਲਵਾਨ ਇੱਕ ਵੱਡੇ ਦੇਵਤਾ ਤੌਰ ਤੇ ਵੀ ਮੰਨੇ ਜਾਂਦੇ ਹੈ। ਪਹਿਲਵਾਨਾਂ ਦੇ ਸੂਲ ਵੱਖਰੇ ਨੇ, ਪਹਿਲਵਾਨ ਖਾੜੇ ਵਿੱਚ ਥੁੱਕਣ ਨਹੀਂ ਦਿੰਦੇ, ਪਹਿਲਵਾਨ ਖਾੜੇ ਵਿੱਚ ਜੁੱਤੀ ਨਹੀਂ ਪਾਉਣ ਦਿੰਦੇ ਤੇ ਖਾੜੇ ਦੇ ਵਿੱਚ ਸੁੱਜਮ ਹੋ ਕੇ ਆਉਣਾ ਆਉਣਾ ਪੈਂਦਾ ਏ ਗੁਰਦਾਸ ਭਈਏ, ਆਉਣਾ ਪੈਂਦਾ ਏ। ਹਾਏ ਰੱਬ ਹਾਏ ਰੱਬ ਹਾਏ ਰੱਬ, ਮੈਗੀਆਂ ਕਦੇ ਪਹਿਲਵਾਨ ਰੱਜਦੇ, ਜਹਾਜ਼ਾਂ ਨੂੰ ਨੀ ਮਿੱਤਰੋ ਰੋੜੇ ਵੱਜਦੇ, ਕਦੇ ਨਾ ਪੜਾਕੂ ਮੂਹਰੇ ਅਲੇ ਡਿਗਰੀ, ਚੋਰਾਂ ਮੂਹਰੇ ਅੜਦੇ ਨੀ ਜਿੰਦੇ ਸੋਹਣਿਆ। ਜਿਹੜੀ ਮਾਵਾਂ ਦੀ ਸ਼ਾਦੀ ਚੋਂ ਮਿਲਦੀ ਦਲੇਰੀ, ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ। ਦਵਿੰਦਰਾ ਸਮੇਂ ਦੀ ਜੱਸੀ ਨੋਟ ਕਰ ਲਿਓ, ਕਿੰਨਾ ਮਿੰਟ ਬਾਕੀ ਹੈ? 5 ਮਿੰਟ ਬਾਕੀ ਆ ਮੰਗੇ ਬਾਈ। ਜਿਗਰਾ ਰੱਖ ਦੇ ਖੇਡਣ ਦਾ, ਆ ਪੰਜਾਬੀਆਂ ਦੀ ਮਹਿਬੂਬ ਖੇਡ ਕੁਸ਼ਤੀ ਦਾ ਮਹਾਕੁੰਭ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੋਇਆ, ਕਿ ਬੰਦਾ ਬੰਦੇ ਨੂੰ ਮਿਲੇ ਤੇ ਜ਼ਮੀਨ ਪੁੱਛਦਾ, ਫਿਰ ਪੁੱਛਦਾ ਤੇਰਾ ਕਾਰੋਬਾਰ ਕਿੰਨਾ, ਉਹ ਕਿੰਨਾ ਨਗਦ ਨਾਮਾ, ਕਿੰਨਾ ਬੈਂਕ ਬੈਲੈਂਸ, ਤੇਰਾ ਸੁੱਖ ਨਾਲ ਚੱਲਦਾ ਉਧਾਰ ਕਿੰਨਾ, ਕਿੰਨੇ ਧੀਆਂ ਪੁੱਤਰ ਕਿੰਨੇ ਵਿਆਹ ਕੀਤੇ, ਤੇਰਾ ਸੁੱਖ ਨਾਲ 10 ਪਰਿਵਾਰ ਕਿੰਨਾ। ਤੁਸੀਂ ਸਾਰਿਆਂ ਸਾਨੂੰ ਤਾੜੀ ਮਾਰ ਕੇ ਦੱਸਣਾ ਕਿ ਤੁਹਾਡਾ ਕੁਸ਼ਤੀ ਨਾਲ ਪਿਆਰ ਕਿੰਨਾ, ਤੁਹਾਡਾ ਕੁਸ਼ਤੀ ਮੇਰਾ ਪਿਆਰ ਕਿੰਨਾ। ਜੂਸ ਮਾੜਾ ਓਏ ਅਮਨੀ ਨੂੰ, ਜੂਸ ਮਾੜਾ ਮਾਈਆ ਕ ਜੂਸ ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ। ਦਵਿੰਦਰ ਭਰਾ ਵੀ ਪੁੱਜ ਗਿਆ ਸਿਰਿਆਂ ਤੇ, ਦਵਿੰਦਰ ਭਰਾ ਵੀ ਪੁੱਜ ਗਿਆ ਕਰੀਦਾ ਇੱਥੇ, ਉਹ ਕੁਝ ਹੋਰ ਬਣ ਕੇ ਕੇ ਭੱਜ ਕੇ ਹਟਾਵੀ ਮਿੱਤਰਾ, ਜੱਟ ਪਾਣੀ ਦੇ ਵਾਰੀ ਦੇ ਪਿੱਛੇ ਲੜ ਪੈ, ਭੱਜ ਕੇ ਹਟਾਵੀ ਮਿੱਤਰਾ ਜੱਟ ਪਾਣੀ ਦੇ ਵਾਰੀ ਦੇ ਵਿੱਚ। ਸਾਡੇ ਗੁਰਵਿੰਦਰ ਭਰਾ ਪਹੁੰਚੇ, ਧੰਨਵਾਦ ਹੈ। ਔਰ ਗੁਰਵਿੰਦਰ ਦੀਆਂ ਗੁੜੀਆਂ ਰਿਸ਼ਤੇਦਾਰੀਆਂ, ਗੁਰਵਿੰਦਰ ਅਮੈਰੀਕਾ ਜਾਮਸਿਆ, ਧੰਨਵਾਦ ਜੀ। ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ, ਸੱਪਾਂ ਦੀਆਂ ਜ਼ਿਰੀਆਂ ਤੇ ਪੈਰ ਧਰੀਦਾ, ਬੇਗਾਨੇ ਪੁੱਤ ਹਿੰਦੇ ਚ ਪਰੇ ਤੋਂ ਪਰੇ, ਸਾਡੇ ਵਾਲੇ ਦਿਲ ਵਿੱਚ ਰੱਖੀ ਹੈ ਰੇਲ ਦੇ ਤੇ ਅਸੀਂ ਖਰੇ ਤੋਂ ਖਰੇ, ਕਿ ਰੇਲ ਦੇ ਤੇ ਅਸੀਂ ਖਰੇ ਤੋਂ ਖਰੇ। ਆ ਦਿੱਲੀ ਤੋਂ ਬਣਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੇ, ਉਹ ਕਹਿੰਦੇ ਸੀਰੀ ਤੋਂ ਪੈ ਗਈ ਖੁੱਡ ਖੁੱਡ ਤੋਂ ਮੋਗਾ ਬਣ ਗਿਆ ਵੇ, ਉਹ ਰਵਿੰਦਰ ਸਾਹਿਬ ਫਿਰ ਮੋਗਾ ਬਣ ਜਾਂਦਾ। ਫਿਰ ਆਪਾਂ ਕਹਿੰਦੇ ਪਾਣੀ ਸਾਰਾ ਬਾਹਰ ਆ ਗਿਆ ਖੱਡੇ ਦਾ, ਸਵਾਦ ਨਹੀਂ ਆਇਆ। ਇਹ ਦਿੱਲੀ ਤੋਂ ਬਣਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੀ। ਲੈ ਜੀ ਸਾਰਿਆਂ ਨੂੰ ਬੇਨਤੀ ਇੱਕ ਵਾਰ ਫਿਰ ਤੋਂ ਕੰਗ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤਾੜੀਆਂ।
ਮਾਨ ਤੋਂ ਇਹ ਸਵਾਦ ਆਇਆ ਕੁਸ਼ਤੀ ਦੰਗਲ ਦਾ, ਕਿਉਂਕਿ ਹਰ ਸਾਲ ਪਹਿਲਵਾਨ ਨੂੰ ਦਾਨ ਦਿੰਦੇ ਆ ਕੁਸ਼ਤੀ ਕੁੰਭ ਕਰਾਉਂਦੇ ਆ। ਇਸ ਸਮੇਂ ਚੱਲਦਾ ਹੋਇਆ ਮੱਲ ਜੋ ਦੈਨ ਆ ਪਹਿਲਵਾਨਾਂ ਦਰਮਿਆਨ ਫਕੀਰੀ ਕਹਿ ਕੇ ਸੱਚ ਸਿਆਣੇ ਪਹਿਲਵਾਨ ਸਾਧ ਵਿੱਚ ਫਰਕ ਨਾ ਕੋਈ ਤੇ ਕਹਿੰਦੇ ਲੋਕ ਸਭ ਤੜਕੇ ਉੱਠ ਕੇ ਕਰੇ ਪਾਠ ਪੂਜਾ ਤੇ ਭਗਵਾਨ ਨੇ ਦੌੜ ਲਗਾਈ। ਲੋਕੋ ਸਾਧ ਸ਼ਾਮ ਨੂੰ ਕਹਿੰਦੇ ਨਿਤ ਨਾਮ ਕਰਦਾ ਔਰ ਨਾਲ ਕਹਿੰਦੇ ਭਲਵਾਨ ਖਾਰਿਆਂ ਵਿੱਚ ਧੂਮ ਮਚਾਈ। ਇਹ ਭਲਵਾਨੀ ਦੀ ਗੱਲ ਹੈ ਔਰ ਫਕੀਰਾਂ ਸੰਤਾਂ ਨਾਲੋਂ ਇਹ ਘੱਟ ਨਹੀਂ ਹੁੰਦੇ, ਇਹ ਹੱਡਾਂ ਦੀ ਭਗਤੀ ਕਰਦੇ ਨੇ ਤੇ ਸੰਤ ਮਹਾਂਪੁਰਸ਼ ਜਿਹੜੇ ਹੈ ਉਹ ਸਾਡੇ ਸਰਬੱਤ ਦੇ ਭਲੇ ਦੇ ਵਾਸਤੇ ਬੰਦਗੀ ਕਰਦੇ ਆ। ਸਮਾਂ ਸਮਾਪਤ, ਇਹ ਕੁਸ਼ਤੀ ਬਹੁਤ ਟੋਪ ਦੀ ਹੋਈ, ਤਾੜੀ ਮਾਰ ਦਿਓ ਕਿਉਂਕਿ ਇਸ ਮੁੰਡੇ ਨਾਲ ਘੁਲਣਾ ਕਿਤੇ ਖਾਲਾ ਜੀ ਦਾ ਵਾੜਾ ਨਹੀਂ ਹੈ। ਹਾਂਜੀ, ਕੀ ਫਸਲਾ? ਚੋਟੀ ਦਾ ਟੋਪ ਦਾ ਮੱਲ ਹੈ ਤੇ ਜੀ ਸਰ। ਵਾਹ, ਕੀ ਫਸਲਾ ਜੀ? ਕੁਸ਼ਤੀ ਦਾ ਅੰਕਲ ਜੀ ਬਰਾਬਰ ਜੀ, ਠੀਕ ਹੈ ਬਰਾਬਰ। ਸਾਰੀ ਸੰਗਤ ਨੇ ਇੱਕ ਵਾਰ ਸਮਾਪਤੀ ਦਾ ਗੁਜ਼ਾਰਾ ਜਕਾਰਾ ਵਜਾਉਣਾ, ਸਾਂਝ ਪਾਉਣੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ। ਇਹ ਕੁਸ਼ਤੀ ਦਾ ਕੁਸ਼ਤੀ ਜਗਵੀਰ ਸਿੰਘ ਜੀ, ਇਹ ਸਹੀ ਸਾਹਿਬ ਕਹਿੰਦੇ ਮੰਗੇ ਪੰਜਾਬੀ ਬੋਲਣ ਦਾ ਮਾਣ ਹੈ ਸਰਦਾਰ ਜਗਵੀਰ ਸਿੰਘ ਜੀ।